ਦੋ ਗੱਲਾਂ ਤੁਹਾਡੇ ਹੋਰ ਕੋਲ ਪੁੱਛਣੀਆਂ ਇੱਥੇ ਖਲੋ ਕੇ ਸਾਨੂੰ ਦੱਸਣ ਦੇ। ਹਾਂਜੀ ਤੁਸੀਂ ਤੁਹਾਡਾ ਨਾਂ ਕੀ ਹੈ ਜੀ? ਜ਼ਹੂਰ ਅਹਿਮਦ। ਅੱਛਾ, ਇਹ ਚਨਾਹ ਦੀ ਮਣ 'ਤੇ ਅਸੀਂ ਇਸ ਟਾਈਮ ਵਧਿਆ ਹੈ ਜੀ। ਜੀ ਜੀ। ਅਤੇ ਇਹ ਜਿਹੜਾ ਦਰਿਆ ਹੈ ਜੀ, ਇਹ ਆਮਦਾ ਅਤੇ ਨੁਕਸਾਨਾਤ ਤਾਂ ਦੇ ਬਹੁ ਆਉਂਦੇ ਨੇ, ਅਤੇ ਕੁਝ ਫਾਇਦੇ ਵੀ ਹੁੰਦੇ ਨੇ ਜੀ। ਇਸ ਦੇ ਫਾਇਦੇ ਵੀ ਹੁੰਦੇ ਨੇ, ਲੇਕਿਨ ਇਸ ਦੇ ਫਾਇਦਿਆਂ ਨਾਲੋਂ ਨੁਕਸਾਨ ਨੁਕਸਾਨ ਤਾਂ ਬਹੁਤ ਜ਼ਿਆਦਾ। ਹਾਂਜੀ, ਜਿਹੜੇ ਆਮਦਾ ਜ਼ਮੀਨਾਂ ਨੂੰ ਫਾਇਦਾ ਤਾਂ ਦਿੰਦਾ ਨਹੀਂ ਜੀ, ਜ਼ਮੀਨਾਂ ਨੂੰ ਫਾਇਦਾ ਦਿੰਦਾ, 8-8 ਜਾਂਦਾ ਹੈ ਜੀ, ਚੰਗੀ ਦੂਏ ਸਾਲ ਹੁੰਦੀ ਹੈ ਜੀ ਜੀ, ਇਹੀ ਫਾਇਦਾ ਹੈ ਜੀ ਜੀ। ਇਹ ਜਿਹੜਾ ਤੁਹਾਡਾ ਹਰ ਸ਼ਾ ਲੁੱਟ ਜਾਂਦੀ, ਉਹ ਫਾਇਦੇ ਨਾਲ ਤਾਂ ਨੁਕਸਾਨ ਜ਼ਿਆਦਾ ਹੋ ਗਿਆ। ਅੱਛਾ, ਇਹ ਦੱਸੋ ਉਸ ਤੋਂ ਹਟ ਕੇ ਜੀ, ਬੰਦਿਆਂ ਨੂੰ ਖੱਜਲ ਖੁਆਰੀ ਬੜੀ ਆ, ਖੱਜਲ ਖੁਆਰੀ ਬੜੀ, ਕੋਈ ਕਿਸੇ ਪਾਸੇ ਗਿਆ, ਕੋਈ ਕਿਸੇ ਪਾਸੇ ਗਿਆ, ਇਸ ਤਰ੍ਹਾਂ ਕਰਕੇ ਮੋੜੋ ਲੋਕ ਹਟੇ ਚੀਚਾਂ, ਕਿਸੇ ਦੀ ਕੋਈ ਸਹਿ ਨਾ ਲੱਗਦੀ, ਕਿਸੇ ਦੀ ਕੋਈ ਸਹਿ ਨਹੀਂ। ਖਤਮ ਹੋ ਗਿਆ ਜੀ, ਹੈ ਫਲੱਡ ਦਾ? ਨਹੀਂ ਜੀ, ਫਲੱਡ ਦੇ ਆਉਣ ਦਾ ਇਮਕਾਨ ਹਜੇ ਹੈ, ਮੌਸਮ ਹੈ, ਅੱਜ ਮੇਰਾ ਖਿਆਲ ਹੈ ਜੀ 11 ਸਾਵਣ ਨੂੰ ਬਦਲੂ ਚ ਵੀ ਆ ਜਾਂਦਾ ਹੁੰਦਾ ਨੇ ਕਰਮਾ। ਚਲੋ ਜੀ, ਅੱਲਾ ਕਰਮ ਕਰੇ। ਇਹ ਦੱਸੋ ਵੀ ਜਿਹੜੀ ਤੁਸੀਂ ਬੋਲੀ ਬੋਲਦੇ ਪਏ ਹੋ, ਇਸ ਬੋਲੀ ਨੂੰ ਤੁਸੀਂ ਕੀ ਸਦੇ ਦਿੰਦੇ ਹੋ, ਇਹ ਬੋਲੀ ਕਿਹੜੀ ਹੈ? ਇਹ ਜੀ ਪੰਜਾਬੀ। ਅੱਛਾ, ਮਿਹਰਬਾਨੀ ਜਨਾਬ, ਤੁਸੀਂ ਇਤਨਾ ਟਾਈਮ ਸਾਨੂੰ ਦਿੱਤਾ ਤੇ ਇਨਸ਼ਾਅੱਲਾ ਰਾਤ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਹੁਣ ਤੁਹਾਨੂੰ ਪਾਣੀ ਸ਼ਾਣ। ਖੈਰ ਹੋਵੇ ਜੀ, ਖੈਰ ਹੋਵੇ। ਚਨਾਹ ਦੀ ਜਿਹੜੀ ਸਾਡੀ ਸਾਡੀ ਜਿਹੜੀ ਚਨਾਹ ਦੀ ਰਹਿਤ ਵਾਲੇ ਜੀ, ਪੁਰਾਣੇ ਹੁਣ ਤੁਸੀਂ ਦੇਸੀ ਲਿਬਾਸ 'ਚ ਵਧਿਓ, ਚਾਦਰ ਚੋਲਾ ਪੱਗ ਆਉਂਦੀ ਹੈ, ਅਤੇ ਇਹ ਇੱਕ ਐਸਾ ਇਹ ਇੱਕ ਖੂਬਸੂਰਤੀ ਇਹਦੀ ਵੀ ਹੈ ਨਾ, ਇਸ ਇਹਦੀ ਮਿਠਾਸ ਹੈ ਆਪਣੀ। ਅੱਛਾ, ਤੁਸੀਂ ਇਤਨੀ ਮਿਹਨਤ ਕਰਦੇ ਪਏ ਹੋ, ਤੁਹਾਨੂੰ ਇਹ ਵੀ ਪਤਾ ਵੀ ਸੈਲਾਬ ਵੀ ਆ ਸਕਦਾ ਹੈ, ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਜੀ, ਤੁਹਾਨੂੰ ਕੋਈ ਨਹੀਂ, ਇਸ ਦਾ ਕੋਈ ਹੈ ਮੋੜ ਵੀ ਤੁਸੀਂ ਮਿਹਨਤ ਕਰ ਰਹੇ ਹੋ ਜੀ। ਉਹ ਸੁਣੋ ਨਾਰਦ, ਕਿ ਜਿਹੜੇ ਸਾਡੇ ਕਮਾਦ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫਲੱਡ ਵੀ ਆ ਜਾਵੇ, ਤਾਂ ਇਸ ਦੇ ਰੇਂਜ 'ਚੋਂ ਸਾਡੇ ਕਮਾਦ ਨਿਕਲ ਜਾਣ, ਚਲੋ ਕੁਛ ਸਾਨੂੰ ਫਾਇਦਾ ਹੋ ਜੀ। ਸਾਰੇ ਪਾਸੋਂ ਨੁਕਸਾਨ ਕਰਨਾ ਨਾ ਕਰੀਏ, ਕਿਦੋਂ ਨਾ ਕਿਦੋਂ ਪਾਣੀ ਦੇ ਵਿੱਚ ਕਿਤਨਾ ਨੁਕਸਾਨ ਹੈ, ਪਾਣੀ ਦੇ ਆਇਆ ਮੂੰਗੀ ਤਾਂ ਖਤਮ ਹੋ ਜਾ, ਬਿਲਕੁਲ ਖਤਮ ਹੋ ਜਾ, ਸਿਰਫ ਤੁਹਾਡਾ ਕਮਾਦ ਹੀ ਬਚਣਾ, ਫਕਤ ਕਮਾਦ ਬਚਣਾ, ਹੋਰ ਕੋਈ ਚੀਜ਼ ਕੋਈ ਫਸਲ ਨਹੀਂ ਹੋਰ ਬਚਣਾ। ਜਵਾਰ ਹੈ ਜੇ, ਮਤਲਬ ਕਈ ਉੱਚੇ ਕਿਆਰਿਆਂ ਦੇ ਵਿੱਚ ਉਹ ਵੀ ਕੋਈ ਚੰਦ ਟਾਂਡੇ ਜਿਹੜੇ ਮਜ਼ਬੂਤ ਹੋ ਗਏ ਬਚਦੇ ਆਉਣ ਤੋਂ ਪਹਿਲੇ, ਉਹ ਬਚ ਸਕਦੇ, ਬਾਕੀ ਜਿਹੜਾ ਪਹਿਲੇ ਪਾਣੀ ਆਇਆ ਥੋੜ੍ਹਾ ਉਹਦਾ ਥੋੜ੍ਹਾ ਨੁਕਸਾਨ ਤਾਂ ਕੋਈ ਨਹੀਂ ਹੋਇਆ? ਨਹੀਂ ਜੀ, ਉਸ ਦੇ ਵਿੱਚ ਕੋਈ ਐਸਾ। ਉਹ ਵੀ ਘਰੇ ਤੇ ਟਿਊਬ ਵੀ ਘਰੇ ਪਏ,
ਗੋੜਾ ਬਾਜ਼ਾਰ। हम चनाब के हवाले से, झांग के हवाले से हमारे साथ मौजूद हैं आकिब सत्यानवी, एक बड़ा नाम शायरी की दुनिया में, पंजाबी शायरी में एक बुलंद मुकाम किसी तारफ के मोहताज नहीं। हम उनसे गुजारिश करेंगे कि चनाब के हवाले से अपनी शायरी की ज़ुबान में हमें कुछ सुनाएं। बिस्मिल्लाह रहमान रहीम। जनाब मोहतरम सैयद वकार जैदी साहब, मैं नहायत शुक्रगुजार हाँ तुहाडा कि तुसां इस काबिल समझिया और झंग ते चनां दे हवाले नाल दो चार गल्लां कि चनां दरिया साडे पंजाब दी रहतल दा इक बहुत वड्डा आकाश है और चनां दरिया दियां सारियां लहरां इश्क मुहब्बत प्यार अमन विराग सिख खलूस इन्हां चीज़ां दे नाल भरियां होईयां और इन्हां बिल्कुल चना तरबोडे मुहब्बतां नाल ते झंग दे हवाले नाल इह अर्ज़ करे सां कि झंग एक तारीखी ज़िला है और ज़िले तो पहले जदों झंग दा नाम झंग नाई ब्रह्मनगढ़ आई उदा एक रियासत भी रह चुका है और बड़ी पुरानी तारीख तारीख दान लिख दिन हाफिज नूर मुहम्मद चेला साहब अपनी तारीख तारीख झंग च लिखिया है कि झंग जेड़ा ना हज़रत ईसा अलैहिस्सलाम तो तकरीबन त्राए सदियां त्राए हज़ार साल पहले यानी 300 सदियां पहले दा झंग है और इसका वजूद बड़ा पुराना है। इसकी मन की जी खास सकाफत इसका खास अंदाज है कि मवेशी गाई मझी बकरियां यानी कि ना माल डंगर जिन्हों से सदेने हैं वह चरदे तो छेड़ू सारा दिन अपनी मस्ती डंगर ही छिड़े दिन ते नाल किदई किदई बंसरी बांसरी दे सुर भी गूंजते ते इश्क मुहब्बत का एक है गहवारा और इस हवाले नाल झंग दे हवाले नाल मैं करमान शायरी दे तुसां आख्या शकल च तो यह मैं करना चाहना कि चनां दी मन ते निमाणा बन के चनां दी रहतल दसाई खलोता है। चनां दी मन ते निमाणा बन के चनां दी रहतल दसाई खलोता है। कदी तो रब साई करम करे सी गरीब मंगदा दुआई खलोता है। कदी तो रब साई करम करे सी गरीब मंगदा दुआई खलोता है। गुगेरा बंगला तहसील इस दी ते लैल पुर हाई देहात इस दा गुगेरा बंगला तहसील इस दी ते लैल पुर हाई देहात उस दा देहात इस दे बने डवी अंत जंग उठाई दा उठाई खलोता है। और इस दे विच इस दी ना तरक्की कराने च इतना पुराना जिला होने के बावजूद इस जिहड़ी तरक्की नहीं कीती इहदी वजह साडे वडेरे और साडे सियासतदान हन। इस हवाले नाल मैं आखना चाहसा कि इस हवाले नाल एक दौड़ा जनाब की नज़र करे सा पूरी रहतल और पूरे पंजाब के वासियों की खिदमत और हकूमत तक। मैं ये अपना जुमला और ये अपनी गल पहुँचावना चाहसा कि झंग जंगा लाई
ਜੰਗੀ ਆਈ ਝਾੜੀਆਂ ਦੀ ਇਹਦੀ ਜਿਵੇਂ ਜਿਵੇਂ ਵਾਸਿਓਂ ਵੱਧੀ ਜੰਗ ਜੰਗਲ ਆਈ ਜੰਗੀ ਆਈ ਝਾੜੀਆਂ ਦੀ ਇਹਦੀ ਜਿਵੇਂ ਜਿਵੇਂ ਵਾਸਿਓਂ ਵੱਧੀ ਅੱਲਾ ਪਾਕ ਦੀ ਜ਼ਾਤ ਆਬਾਦ ਚ ਕੀਤੀ ਵੈਰਾਨ ਚਨਾ ਦੀ ਕੱਦੀ ਤੇ ਬੇਸਮਝ ਆਵਾਮ ਦੇ ਭਰਮ ਦੀ ਪੱਗ ਬੇਸਮਝ ਆਵਾਮ ਦੇ ਭਰਮ ਦੀ ਪੱਗ ਵਾਰੋ ਵਾਰ ਵਡੇਰਿਆਂ ਬੱਧੀ ਬਾਵੇਂ ਪੀੜੀਆਂ ਨਾਲ ਵਜ਼ਾਰਤਾਂ ਹੱਡੀਆਂ ਇਹਦੀ ਅੱਜ ਤਾਈਂ ਨਹੀਂ ਬੱਧੀ ਬਾਵੇਂ ਪੀੜੀਆਂ ਨਾਲ ਵਜ਼ਾਰਤਾਂ ਹੱਡੀਆਂ ਇਹਦੀ ਅੱਜ ਤਾਈਂ ਨਹੀਂ ਬੱਧੀ ਇਸ ਹਵਾਲੇ ਨਾਲ ਬਹੁਤ ਸਾਰੇ ਦੁੱਖ ਤੇ ਬਹੁਤ ਸਾਰੇ ਦਰਦ ਨੇ ਸਾਡੀ ਸਕਾਫਤ ਔਰ ਸਾਡੀ ਜ਼ੁਬਾਨ ਦੇ ਹਵਾਲੇ ਨਾਲ ਕਦੀ ਕੋਈ ਕੰਮ ਨਹੀਂ ਹੋਇਆ ਔਰ ਅਸੀਂ ਸ਼ੁਕਰ ਗੁਜ਼ਾਰ ਹਾਂ ਜ਼ੈਦੀ ਸਾਹਿਬ ਦੇ ਕਿ ਇਹਨਾਂ ਐਡੀ ਗਰਮੀ ਵਿੱਚ ਸਾਵਣ ਦੇ ਮਹੀਨੇ 'ਚ ਸੇਕ ਬਰਦਾਸ਼ਤ ਕਰਕੇ ਦਰਿਆ ਦੀ ਮਣ 'ਤੇ ਆ ਕੇ ਅਤੇ ਸਾਡਾ ਇਹ ਪੈਗਾਮ ਤੁਸਾਂ ਬਿਰਾਵਾਂ ਤੱਕ ਪਹੁੰਚਾਇਆ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ सदियों से बहने वाला चनाब ज़िला झांग की सरजमीन से जब गुज़रता है तो मोहब्बतों का पैगाम लोगों में बांटता हुआ गुजर जाता है। यहाँ के जफाकश लोग इस दरिया के साथ अपनी ज़िंदगी गुजार रहे हैं। इन्हीं लोगों में बड़े बड़े नाम पैदा हुए। शायरी के हवाले से हमारे साथ मौजूद हैं अफजल नाज साहब। हम इनसे पूछेंगे कि मोहब्बतों की यह सरजमीन और इसको शाह सुल्तान की सरजमीन भी कहा जाता है और आपने लोगों और इन्होंने लोगों की फलाह बहबूद के लिए एहसास वेलफेयर के नाम से एक ऑर्गेनाइजेशन भी बनाई हुई है। आप ये जो मोहब्बत ये जो एहसास आपके दिल में जागा है, आप एक शायर हैं, कहते हैं कि शायर का दिल जो है बड़ा नरम और नाजुक होता है। ये आपने जो पंजाबी में आपने कुछ लिखा है अपनी मुँह बोली मादरी ज़ुबान के लिए आपने जो लिखा है, हम चाहते हैं कि कुछ लोगों तक आपका वो कलाम हम पहुँचा सकें, तो इस हवाले से हमें कुछ सुनाइए। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਤੁਹਾਡੇ ਸ਼ਾਹ ਜੀ ਅਸੀਂ ਬੜੇ ਮਸ਼ਹੂਰ ਹੈ ਕਿ ਤੁਸੀਂ ਐਡੀ ਗਰਮੀ ਦੇ ਵਿੱਚ ਸਾਡੇ ਨਾਲ ਇੱਕ ਜਨਾਹ ਦੀ ਮਣ 'ਤੇ ਖਲੋਤੇ ਹੋ ਅਤੇ ਸਾਡੇ ਦਿਲ ਦੀ ਜਿਹੜੀ ਆਵਾਜ਼ ਹੈ ਉਹ ਤੁਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਤੇ ਸ਼ਾਇਰੀ ਦੇ ਹਵਾਲੇ ਨਾਲ ਜਨਾਬ, ਮੈਂ ਕੋਈ ਸ਼ਾਇਰ ਨਹੀਂ, ਕੋਈ ਦੋ ਚਾਰ ਐਵੇਂ ਗੱਲਾਂ ਜਿਹੜੀਆਂ ਨਾ ਜਟਕੀਆਂ ਜਟਕੀਆਂ ਉਹ ਤੁਹਾਡੀ ਨਜ਼ਰ ਕਰ ਦਿੰਦਾ ਕਿ ਪੰਜਾਂ ਅੰਗਲੀ ਵਿੱਚ ਵੀ ਫਰਕ ਹੁੰਦਾ ਹੈ ਹਿੱਕੇ ਲੇਖੇ ਗਿਣਨੇ ਜੱਗ ਨੂੰ ਅਤੇ ਇੰਨੇ ਲਾਹ ਨਹੀਂ ਕੀਮਤ ਸ਼ੀਸ਼ੇ ਦੀ ਸੰਗਤਾਂ ਦੇ ਅਸਲੀ ਨਗ ਨੂੰ। ਚੰਗੇ ਖੂਨ ਤਾਂ ਅੱਜ ਵੀ ਸੰਗਤ ਦੀ ਖਾਤਰ ਵੜ ਵੈਂਦਣ ਬਲਦੀ ਅੱਗ ਨੂੰ ਅਤੇ ਨਹੀਂ ਨਾਜ਼ ਮਲੂਟੀ ਹੋਵਣ ਦਿੰਦੇ ਕਈ ਨਾਲ ਵਟਾਈ ਹੋਈ ਪੱਗ ਨੂੰ। ਇਹ ਜੀ ਸਾਡੇ ਚਨਾਹ ਦੀ ਜਿਹੜੀ ਹੈ ਨਾ ਇੱਕ ਉਹ ਜਿਵੇਂ ਹੁੰਦੀ ਹੈ ਨਾ ਰੀਤ ਰਿਵਾਜ, ਕਿਸੇ ਦੇ ਨਾਲ ਪੱਗ ਵਟਾ ਲੈਣ ਨਾ ਮਰਦੇ ਮਰ ਜਾਂਦੇ ਸੰਗਤ ਨਹੀਂ ਪੁਣਾਉਂਦੇ। ਅਤੇ ਵਿੱਚ ਕੁਝ ਲੋਕ ਐਸੇ ਵੀ ਹੁੰਦੇ ਕਿ ਜਿਹੜੇ ਕਿ ਬਈ ਉਹ ਸੰਗਤ ਨੂੰ ਛੱਡ ਕੇ ਬਿਲਕੁਲ ਸੰਗਤ ਦੀ ਪਗੜੀ ਕੀ ਪਤਾ ਨਹੀਂ ਕੀ ਕੁਝ ਕਰ ਛੱਡ ਦੇਣ। ਉਹਦੇ ਹਵਾਲੇ ਨਾਲ ਇੱਕ ਤੁਹਾਨੂੰ ਗੱਲ ਸੁਣੀ ਨਾ ਕਿ ਉੱਕਾ ਦੰਦਾਂ 'ਤੇ ਮੈਲ ਛੱਡਿੰਦਾ ਨਹੀਂ ਹੱਥ ਜਦਣ ਵੀ ਪੰਮਦਾ ਠੱਗਦਾ। ਉੱਕਾ ਦੰਦਾਂ 'ਤੇ ਮੈਲ ਛੱਡਿੰਦਾ ਨਹੀਂ ਹੱਥ ਜਦਣ ਵੀ ਪੰਮਦਾ ਠੱਗਦਾ। ਉੱਕਾ ਦੰਦਾਂ 'ਤੇ ਮੈਲ ਛੱਡਿੰਦਾ ਨਹੀਂ ਹੱਥ ਜਦਣ ਵੀ ਪੰਮਦਾ ਠੱਗਦਾ ਅਤੇ ਭੱਠ ਗਤੀਏ ਇਹੋ ਜਿਹੇ ਸਾਂਗੇ ਨੂੰ ਜਿਹੜਾ ਸ਼ੁਗਲ ਬਣਾ ਚਾ ਜਗਦਾ। ਅਤੇ ਜਿਹਨੂੰ ਨਾਜ਼ ਰੰਗੀਵੇ ਲੋੜ ਦੇ ਵੇਲੇ ਲਹੂ ਦੇ ਕੇ ਨਿਤ ਸ਼ਾਹ ਰੱਖਦਾ ਉਹ ਮੁਸ਼ਕਾਂ ਬੰਨਣ ਦੇ ਕੰਮ ਆਵੇ ਕਿਹੜਾ ਫਾਇਦਾ ਇਹੋ ਜਿਹੇ ਪੱਗਦਾ। ਜੰਗ ਕਾ ਜੋ ਕਲਚਰ ਰਹਾ ਹੈ ਵੋ ਯੇ ਰਹਾ ਹੈ ਕਿ ਲੋਗੋਂ ਕੇ ਲੀਏ ਕੁਰਬਾਨੀ ਮੁਹੱਬਤ ਕਾ ਜਜ਼ਬਾ ਇਨਕੇ ਪਾਸ ਰਹਾ ਹੈ। ਜੈਸੇ ਕਿ ਹਾਜੀ ਸਾਹਿਬ ਨੇ ਕਿਹਾ ਜਬ ਪੱਗ ਜੋ ਹੈ ਵੋ
ਪਾਗ ਕਰਦੇ ਵਟਾ ਲਈ ਜਾਵੇ, ਜਦੋਂ ਪਾਗ ਵਟਾ ਲਈ ਜਾਂਦੀ ਹੈ ਅਤੇ ਉਹ ਉਸ ਦੀ ਬੜੀ ਲਾਜ ਰੱਖੀ ਜਾਂਦੀ ਹੈ, ਉਹਦੇ ਵਾਸਤੇ ਬੜੀ ਕੁਰਬਾਨੀਆਂ ਦਿੱਤੀ ਜਾਂਦੀਆਂ ਹਨ। ਇਹ ਜ਼ਿਲ੍ਹਾ ਜੰਗ ਦੀ ਖਾਸੀਅਤ ਹੈ। ਔਰ ਚਨਾਬ ਦੇ ਅਸੀਂ ਕਿਨਾਰੇ ਖੜ੍ਹੇ ਹਾਂ ਆਕਿਬ 97। ਮੈਂ ਪਹਿਲੇ ਵੀ ਆਖਿਆ ਕਿਸੇ ਤਾਰਫ ਦਾ ਮੁਹਤਾਜ ਨਹੀਂ ਹੈ, ਬਹੁਤ ਬੜਾ ਨਾਮ ਹੈ। ਮੈਂ ਚਾਹੁੰਦਾ ਕਿ ਚਨਾਬ ਦੇ ਹਵਾਲੇ ਨਾਲ ਕੁਝ ਸਾਨੂੰ ਥੋੜ੍ਹਾ ਜਿਹਾ ਹੋਰ ਸੁਣਾਵੇਣ। ਮਾਸ਼ਾਅੱਲਾ ਇਹਨਾਂ ਦੇ ਬਹੁਤ ਗਹਿਰਾਈ ਹੈ ਇਹਨਾਂ ਦੀ ਸ਼ਾਇਰੀ 'ਚ, ਇਹਨਾਂ ਨੇ ਹਰ ਮੌਜੂ 'ਤੇ ਲਿਖਿਆ ਹੈ। ਔਰ ਚਨਾਬ ਦੇ ਉੱਤੇ ਤਾਂ ਮੇਰਾ ਖਿਆਲ ਇਹਨਾਂ ਦੀ ਗ੍ਰਿਪ ਜਿਹੜੀ ਬਹੁਤ ਜ਼ਿਆਦਾ ਹੈ ਜੀ ਆਕਿਬ ਭਾਈ। ਬਹੁਤ ਸ਼ੁਕਰੀਆ। ਅੱਛਾ ਜੀ, ਚਨਾਬ ਦਾ ਜਿਹੜਾ ਇਹ ਕਿਨਾਰਾ ਹੈ, ਚਨਾਬ ਦਾ ਜਿਹੜਾ ਦਰਿਆ ਹੈ, ਇੱਥੇ ਜਿਹੜੇ ਦਰਿਆ ਦੇ ਨਾਲ ਵਸਣ ਵਾਲੇ ਲੋਕ ਹੈ, ਤੁਹਾਡਾ ਇਹਨਾਂ ਦੇ ਨਾਲ ਬੜਾ ਵਾਹ ਰਿਹਾ ਹੈ, ਤੁਸੀਂ ਮੁਸ਼ਾਇਰਾ ਵੀ ਕਰਦੇ ਹੋ, ਲੋਕਾਂ ਤੱਕ ਪਹੁੰਚਦੇ ਹੋ, ਬੜੀ ਦੂਰ ਤੱਕ ਜਾਂਦੇ ਹੋ, ਤੁਸੀਂ ਸ਼ਾਇਰੀ ਆਪਣੀ ਨਾਲ ਮਹਿਸੂਸ ਕਰਦੇ ਹੋ। ਕੰਮ ਪੜਾ ਲਿਖਿਆ ਤਬਕਾ ਹੈ, ਬਹੁਤ ਕੰਮ ਪੜਾ ਲਿਖਿਆ ਤਬਕਾ ਹੈ, ਲੇਕਿਨ ਅਗਰ ਇਹਨਾਂ ਨਾਲ ਬੈਠ ਕੇ ਗੁਫ਼ਤਗੂ ਕੀਤੀ ਜਾਏ ਤਾਂ ਬੜੀ ਦੂਰ ਤੱਕ ਇਹਨਾਂ ਦੀ ਸੋਚ ਅਗਰ ਤੁਸੀਂ ਦੇਖੋ ਤੇ ਪੜ੍ਹੇ ਲਿਖੇ ਤਬਕੇ ਤੋਂ ਵੀ ਅੱਗੇ ਨਜ਼ਰ ਆਉਂਦੇ। ਸ਼ਾਹ ਜੀ, ਇਸ ਹਵਾਲੇ ਨਾਲ ਮੈਂ ਆਖਣਾ ਚਾਹੁੰਦਾ ਕਿ ਜਿਹੜੇ ਚਨਾਹ ਦੇ ਲੋਕ ਹਨ, ਜਿਹਨਾਂ ਨੂੰ ਅਸੀਂ ਆਪਣੀ ਬੋਲੀ ਦੇ ਵਿੱਚ ਚਨਾਵੜਾ ਨੇ, ਔਰ ਇਹ ਜਿਹੜੇ ਦਰਿਆ ਦੇ ਵਾਸੀ ਲੋਕ ਹਨ, ਇਹਨਾਂ ਨੂੰ ਇਸ ਦਰਿਆ ਦੀ ਮਣ ਨੂੰ ਅਸੀਂ ਕੱਦੀ ਵੀ ਆਉਂਦੇ ਹਾਂ। ਔਰ ਜਿਹੜੇ ਕਧਿਓੜੇ ਨੇ, ਇਹ ਬੜੇ ਦਨਾਹ ਲੋਕ ਹਨ, ਔਰ ਬੜੇ ਜਿਹੜੇ ਨਾ ਸੋਜਵਾਨ, ਔਰ ਇਹਨਾਂ ਨੂੰ ਨਾ ਤੁਸੀਂ ਸੱਥੀ ਵੀ ਆਖ ਸਕਦੇ ਹੋ ਕਿ ਇੱਕ ਅਨਪੜ੍ਹਿਆ ਬੰਦਾ, ਕਿਉਂਕਿ ਸ਼ਾਹ ਜੀ ਪਾਕਿਸਤਾਨ ਪਾਕੋ ਹਿੰਦ ਤਕਸੀਮ ਹੋਣ ਤੋਂ ਬਾਅਦ ਬੜਾ ਅਰਸਾ ਜੰਗਲ ਰਿਹਾ, ਸਾਡੀਆਂ ਬਾਰਾਂ ਰਹੀਆਂ ਨੇ, ਅਤੇ ਅਸੀਂ ਜੰਗਲ ਦੇ ਵਾਸੀਆਂ, ਇੱਥੇ ਤਾਲੀਮ ਬੜੀ ਦੇਰ ਨਾਲ ਆਈ ਹੈ, ਔਰ ਸਕੂਲ ਬੜੀ ਦੇਰ ਨਾਲ ਬਣੇ ਨੇ, ਕੱਦੀਆਂ 'ਤੇ ਹੁਣ ਵੀ ਵੇਖ ਲਓ ਕਿ ਸਕੂਲਾਂ ਨੂੰ ਇੱਥੋਂ ਦੇ ਅਗਰ ਬੱਚਿਆਂ ਨੂੰ ਪੜ੍ਹਨਾ ਪਵੇ ਤਾਂ ਉਹਨਾਂ ਨੂੰ ਕਾਫੀ ਕਿਲੋਮੀਟਰ ਕਰਕੇ ਅਤੇ ਮੁਖਤਲਿਫ ਕਸਬਿਆਂ 'ਚ ਪੜ੍ਹਨਾ ਪੈਂਦਾ, ਔਰ ਇੱਥੋਂ ਦੇ ਲੋਕਾਂ ਨੂੰ ਇਹ ਮਸਾਇਲ ਹਨ। ਲੇਕਿਨ ਅਨਪੜ੍ਹ ਹੋਣ ਦੇ ਬਾਵਜੂਦ ਇਤਨੇ ਸਮਝਦਾਰ ਹਨ ਕਿ ਸ਼ਾਇਰੀ ਨੂੰ ਔਰ ਮੁਸੀਕੀ ਨੂੰ ਔਰ ਇੱਥੋਂ ਦਾ ਇੱਕ ਖਾਸ ਰਾਗ ਹੈ ਢੋਲਾ, ਅਗਰ ਇਹਨਾਂ ਇੱਥੇ ਜਿਵੇਂ ਅਜ਼ੀਜ਼ ਹਨ, ਇਹਨਾਂ ਦੇ ਜੋ ਕੋਈ ਐਸਾ ਬੰਦਾ ਹੋ ਸੀ ਜਿਸ ਨੂੰ ਯਕੀਨਨ ਢੋਲਾ ਆਉਂਦਾ ਹੋ ਸੀ, ਢੋਲਾ ਇੱਥੋਂ ਦੀ ਸਕਾਫਤ ਹੈ ਕੱਦੀ ਦੀ, ਔਰ ਢੋਲੇ ਦੇ ਵਿੱਚ ਬੜੀਆਂ ਬੜੀਆਂ ਗਹਿਰੀਆਂ ਗੱਲਾਂ ਆਉਂਦੀਆਂ ਹਨ। ਅਤੇ ਢੋਲੇ 'ਚ ਜਿਹੜਾ ਹੈ, ਢੋਲੇ ਦੇ ਤੁਸੀਂ ਗੁਫ਼ਤਗੋ ਗੱਲ ਲੈਣ ਦੀ ਹੈ, ਢੋਲੇ ਦੇ ਹਵਾਲੇ ਨਾਲ ਜਿਹੜਾ ਦੇਖਿਆ ਗਿਆ ਉਹਦੇ ਵਿੱਚ ਹਜ਼ਰਤ ਯੂਸਫ ਦੇ ਹਵਾਲੇ ਨਾਲ, ਅਤੇ ਬਲਕਿ ਖਸੂਸਨ ਜਿਹੜੇ ਮੁਕਾਮੀ ਬਹਾਦਰ ਲੋਕ ਹੁੰਦੇ ਹਨ ਉਹਨਾਂ ਦੇ ਹਵਾਲੇ ਨਾਲ ਉਹਨਾਂ ਦੀ ਤਾਰੀਫ ਬਿਆਨ ਕੀਤੀ। ਸ਼ਾਹ ਜੀ, ਦੋ ਤਰੀਕੇ ਆਉਣ ਦੇ, ਦੋ ਇਸ ਬਾਰੇ ਤਰੀਕੇ ਹਨ ਜੀ। ਇੱਕ ਤਾਂ ਪੂਰੇ ਕੁਰਾਨ ਸ਼ਰੀਫ ਦਾ ਤਰਜਮਾ, ਜਿਹੜੇ ਉਹਨਾਂ ਨੂੰ ਅਸੀਂ ਸੈਰ ਸਦੇਨੇ ਆ, ਜਿਹੜੇ ਢੋਲਾ ਪੜ੍ਹਦੇ ਨੇ ਜਾਂ ਢੋਲਾ ਲਿਖਦੇ ਨੇ ਉਹਨਾਂ ਨੂੰ ਅਸੀਂ ਸੈਰ ਸਦੇਨੇ ਆ ਆਮ ਜ਼ਬਾਨ 'ਚ, ਉਹਨਾਂ ਸੈਰਾਂ ਪੂਰੇ ਕੁਰਾਨ ਸ਼ਰੀਫ ਦਾ ਤਰਜਮਾ ਢੋਲੇ ਦੀ ਸੂਰਤ 'ਚ ਕੀਤਾ ਹੈ। ਮੁੜ ਮੁਖਤਲਿਫ ਕਿੱਸੇ ਇਮਾਮ ਹਨੀਫ ਦੇ ਢੋਲੇ, ਹਜ਼ਰਤ ਯੂਸਫ ਅਲੈਹਿ ਸਲਾਮ ਦੇ ਢੋਲੇ, ਔਰ ਇਵੇਂ ਤਰ੍ਹਾਂ ਢੋਲ ਬਾਦਸ਼ਾਹ ਦੇ, ਔਰ ਪੁਰਾਣੀਆਂ ਲੋਕ ਦਾਸਤਾਨਾਂ ਜਿਤਨੀਆਂ ਹਨ ਉਹਨਾਂ ਦੇ ਢੋਲੇ, ਔਰ ਇੱਕ ਬਾਅਦ 'ਚ ਕਨਸੈਪਟ ਵੀ ਆਇਆ ਕਿ ਰਾਠਾਂ ਦੇ ਢੋਲੇ ਮਸ਼ਹੂਰ ਹੋਏ ਮੁਖਤਲਿਫ ਬਹਾਦਰ ਲੋਕਾਂ ਦੇ, ਲੇਕਿਨ ਉਹਨੂੰ ਮੁੜ ਗਲਤ ਰੰਗ ਦੇ ਦਿੱਤਾ ਗਿਆ, ਉਹਦੇ ਵਿੱਚ ਇਹ ਨੁਕਸਾਨ ਹੁੰਦਾ ਕਿ ਲੋਕ ਭੜਕਦੇ ਹਨ। ਇਸ ਵਾਸਤੇ ਉਹਨਾਂ ਢੋਲਿਆਂ 'ਤੇ ਇਲਾਕਾਈ ਜਿਹੜੇ ਮੁਅੱਜ਼ਜ਼ੀਨ ਆਣ ਜਾਂ ਇਲਾਕੇ ਦੇ ਵਡੇਰੇ ਆਣ, ਉਹਨਾਂ ਵੀ ਸਖਤੀ ਕੀਤੀ ਹਕੂਮਤ ਦੀ ਤਰਫੋਂ ਵੀ ਕਿ ਇਹ ਜਿਹੜੇ ਨਾ ਇਸ ਤਰ੍ਹਾਂ ਦੇ ਜਜ਼ਬਾਤ ਨੂੰ ਉਭਾਰਨ ਵਾਲੇ ਢੋਲੇ ਨਹੀਂ ਹੋਣੇ ਚਾਹੀਦੇ। ਉਸ ਤੋਂ ਇਲਾਵਾ ਜੀ, ਕੰਨਾਂ ਮੁੰਦਿਆਂ ਦੇ ਢੋਲੇ ਸਦਿੰਦੇ ਨੇ, ਛੱਤਿਆਂ ਮੁੰਦਿਆਂ ਦੇ ਢੋਲੇ ਸਦਿੰਦੇ ਨੇ, ਔਰ ਇਹ ਇੱਕ ਮੁਹੱਬਤ ਦਾ ਬੜਾ ਵੱਡਾ ਪ੍ਰਚਾਰ ਹੈ ਢੋਲਾ। ਅਗਰ ਇਸ ਦੀ ਸਮਝ ਆ ਜਾਵੇ ਤਾਂ ਇੱਕ ਪੂਰਾ ਸਬਕ ਹੈ ਔਰ ਪੂਰੀ ਦਾਸਤਾਨ। ਚਨਾਬ ਦੇ ਹਵਾਲੇ ਨਾਲ ਕੁਛ ਅਗਰ ਬਿਆਨ ਕਰ ਇਹ ਜੀ, ਚਨਾਬ ਬੜੇ ਜੰਗ ਦੇ ਹਵਾਲੇ ਨਾਲ ਜੀ, ਜੰਗ ਅਤੇ ਚਨਾਬ ਇਹਨਾਂ ਦਾ ਇੱਕ ਆਪਸ ਵਿੱਚ ਐਸਾ ਰਿਸ਼ਤਾ ਹੈ ਕਿ ਜੰਗ ਚਨਾਹ ਦੀ ਮਣ 'ਤੇ ਆਬਾਦ ਹੈ, ਔਰ ਜੰਗ ਦੇ ਵਿੱਚ ਜਿਤਨੀਆਂ ਦਾਸਤਾਨਾਂ, ਲੋਕ ਦਾਸਤਾਨਾਂ, ਮਸ਼ਾਹੀਰ ਹਨ, ਬਹੁਤ ਸਾਰੇ ਦਰਬਾਰ ਹਨ ਇਸ ਚਨਾਹ ਦੇ ਜਿੱਥੇ ਅਸੀਂ ਖਲਿਆ, ਇਸ ਤੋਂ ਪਰਲੇ ਪਾਰ ਹਜ਼ਰਤ ਪੀਰ ਸ਼ਾਹ ਜੀਵਣਾ ਰਹਿਮਤੁੱਲਾ ਅਲੈਹ ਦਾ ਦਰਬਾਰ ਹੈ, ਜਿਹੜਾ ਕਿ ਉਹਨਾਂ ਦਾ ਮੇਲਾ ਪੂਰੇ ਪੰਜਾਬ ਵਿੱਚ ਮਸ਼ਹੂਰ ਹੈ ਕਿ ਕਰੋੜ ਬੰਦਾ ਆ ਦਿਨ ਆਖਿਆ ਜਾਂਦਾ ਕਿ ਇਕੱਠਾ ਹੁੰਦਾ, ਕਰੋੜੀਏ ਬਾਦਸ਼ਾਹ ਦੇ ਨਾਂ ਤੋਂ ਉਹ ਮਸ਼ਹੂਰ ਹੈ। ਅਤੇ ਸੱਤ ਸੁਲਤਾਨਾਂ ਦੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੈ, ਧਰਤੀ ਹੈ ਜਿਹਦੇ ਵਿੱਚ ਹਜ਼ਰਤ ਬਾਉ ਸੁਲਤਾਨ, ਹਾਥੀਵਾਨ ਸੁਲਤਾਨ, ਪਾਕ ਰਾਜ ਸੁਲਤਾਨ, ਹੋਰ ਯਾਨੀ ਕਿ ਸੱਤ ਟੋਟਲ ਸੁਲਤਾਨ ਹਨ, ਸੱਤਾਂ ਸੁਲਤਾਨਾਂ ਦੀ ਇਹ ਸਰਜ਼ਮੀਨ ਗਿਣੀ ਜਾਂਦੀ ਹੈ। ਅਤੇ ਚਨਾਹ ਦੀ ਰਹਿਤਲ ਦੇ ਹਵਾਲੇ ਨਾਲ ਮੈਂ ਆਪਣੇ ਜਿਹੜੇ ਕਿ ਸਾਹਿਬ ਇਸਤਤਾਤ ਲੋਕ ਹਨ, ਜਿਹੜੇ ਲੋਕ ਮੀਡੀਆ 'ਤੇ ਬੈਠੇ ਨੇ, ਉਹਨਾਂ ਦੇ ਤੱਕ ਇੱਕ ਪੈਗਾਮ ਅਪਣਾਉਣਾ ਚਾਹੁੰਦਾ ਹਕੂਮਤ ਰਾਹੀਂ ਔਰ ਤੁਹਾਡੇ ਮੀਡੀਆ ਰਾਹੀਂ ਕਿ ਨਫ਼ਰਤ ਦੀਆਂ ਬੁੱਝ ਦੀਆਂ ਚਿਣਗਾਂ ਨੂੰ ਨਾ ਮਿਹਣਿਆਂ ਨਾਲ ਹਵਾ ਦੇ,
ਨਫ਼ਰਤ ਦੀਆਂ ਬੁੱਝਦੀਆਂ ਚਿਣਗਾਂ ਨੂੰ ਨਾ ਮਿਹਣਿਆਂ ਨਾਲ ਹਵਾ ਦੇ, ਮੈਨੂੰ ਹੱਕ ਖੈਰਾਤ ਦੇ ਵਾਂਗ ਨਾ ਦੇ, ਵੰਝ ਹੋਰ ਕਿਦਾਂ ਹੀ ਵਰਤਾ ਦੇ। ਅਤੇ ਮੇਰੀ ਗੁਰਬਤ ਦੀ ਤਜ਼ਲੀਲ ਨਾ ਕਰ, ਮੇਰੀ ਗੁਰਬਤ ਦੀ ਤਜ਼ਲੀਲ ਨਾ ਕਰ, ਜਿਹੜੀ ਦਿਲ ਲਈ ਹੋਰ ਸਜ਼ਾ ਦੇ, ਭਲਾ ਆਕਿਬ ਕੋਲ ਗਰੀਬਾਂ ਦੇ ਕੀ ਆਉਂਦਾ ਹੈ ਬਾਜ ਅਨਾ ਦੇ। ਔਰ ਇਹਨਾਂ ਚਨਾਹ ਦੇ ਲੋਕਾਂ ਦੇ ਪੱਲੇ ਅਨਾ ਹੈ, ਖੁਦਦਾਰੀ ਹੈ, ਲੇਕਿਨ ਹਮੇਸ਼ਾ ਵਾਸਤੇ ਪਿੱਛਣ, ਮੀਡੀਆ ਤੋਂ ਵੀ ਪਿੱਛਣ ਇੱਥੋਂ ਦੇ ਫਨਕਾਰ। ਇਹ ਉਹ ਸਰਜ਼ਮੀਨ ਹੈ ਜਿਸ ਜੰਗ ਤੋਂ ਲੈ ਕੇ ਤੁਸੀਂ ਚਨਿਓਟ ਤਾਈਂ ਚੱਗਣੇ ਹੋ ਨਾ, ਅਤੇ ਸਿਰਫ ਫੋਕ ਸਿੰਗਰ ਸਾਡੇ ਇਰਸ਼ਾਦ ਹੁਸੈਨ ਟੈਡੀ, ਮਨਸੂਰ ਮਲੰਗੀ, ਤਾਲਿਬ ਹੁਸੈਨ ਦਰਦ, ਗੁਲਾਮ ਅਲੀ ਔਰ ਫਟਾਲੀ ਮੰਗਣੀ ਵਾਲਾ ਔਰ ਅਲਾ ਦਿੱਤਾ ਲੂਣੇ ਵਾਲਾ, ਇਹ ਵੀ ਚਨਾਹ ਦੀ ਮੰਨਦਾ, ਚਨਾਹ ਦੀ ਮਿੱਟੀ 'ਤੇ ਤੋੜ ਤਾਂ ਗਿਣਦੇ ਜਾ, ਔਰ ਸ਼ਾਇਰ ਗਿਣੋ ਤਾਣ ਗਾਂਝਣ। ਔਰ ਕਦੀ ਵੀ ਕਿਸੇ ਵੀ ਮੀਡੀਏ 'ਤੇ, ਨਾ ਸੋਸ਼ਲ ਮੀਡੀਏ 'ਤੇ, ਨਾ ਪ੍ਰਿੰਟ ਮੀਡੀਏ 'ਤੇ, ਨਾ ਇਲੈਕਟ੍ਰੋਨਿਕਸ ਮੀਡੀਏ 'ਤੇ, ਕਿਸੇ ਵੀ ਹਵਾਲੇ ਨਾਲ ਇੱਥੋਂ ਦੇ ਖਿਲਾੜੀ ਅਗਰ ਗਿਣੋ ਤਾਂ ਖਿਲਾੜੀ ਬੇਇੰਤਹਾ ਹੈ, ਕਿਸੇ ਵੀ ਸਕਾਫਤ ਦੇ ਹਵਾਲੇ ਨਾਲ ਸ਼ਖਸੀਅਤ ਗਿਣੋ ਸ਼ਾਹ ਜੀ ਤਾਂ ਬਹੁਤ। ਔਰ ਤੁਹਾਡਾ ਇਹ ਤੁਹਾਡੀ ਖਸੂਸੀ ਕੋਸ਼ਿਸ਼ ਔਰ ਤੁਹਾਡਾ ਤਰਲਾ ਹੈ ਕਿ ਤੁਸੀਂ ਇਸ ਛੁਪੇ ਹੋਏ ਇਲਾਕੇ ਨੂੰ ਉਜਾਗਰ ਕਰਨ ਵਾਸਤੇ ਤਸ਼ਰੀਫ ਲਾਇਆ ਹੋ ਅਤੇ ਇੰਟਰਵਿਊ ਕੀਤਾ ਨੇ, ਅਤੇ ਅਗਰ ਤੁਸੀਂ ਸਾਡੇ ਨਾਲ ਚੱਲੋ ਤਾਂ ਤੁਹਾਨੂੰ ਇਸ ਚਨਾਹ ਦੀਆਂ ਮਣੀਆਂ ਦੇ ਨਾਲ, ਇਹਨਾਂ ਬੰਨਿਆਂ ਦੇ ਨਾਲ ਔਰ ਇਹਨਾਂ ਵਾਹੀਆਂ ਦੇ ਵਿੱਚ ਛੁਪੇ ਹੋਏ ਔਰ ਦਰਖਤਾਂ ਦੇ ਵਿੱਚ ਛੁਪੇ ਹੋਏ ਅਤੇ ਬਹਿਣੀਆਂ ਬਾਂਹ 'ਤੇ ਵਸਣ ਵਾਲੇ ਲੋਕ ਜਿਹੜੇ ਵਰਿਆਮ ਰਮਾਣਾ ਸਾਡੇ ਇਲਾਕੇ ਦਾ ਇੱਥੋਂ ਦਾ ਬੜਾ ਨਾਂ ਹੈ ਢੋਲੇ ਦੀ ਦੁਨੀਆ 'ਚ, ਹੋਰ ਕਾਫੀ ਸਾਰੇ ਲੋਕ ਹਨ, ਅਤੇ ਇਹਨਾਂ ਨੂੰ ਉਜਾਗਰ ਹੋਣਾ ਚਾਹੀਦਾ ਜੀ, ਔਰ ਇਹ ਤੁਹਾਡਾ ਹੱਕ ਹੈ, ਮੀਡੀਆ ਦਾ ਹੱਕ ਹੈ। ਬਹੁਤ ਸ਼ੁਕਰੀਆ ਆਕਿਬ ਭਾਈ ਦਾ ਕਹਿਣਾ ਹੈ ਕਿ, ਬਲਕਿ ਪੰਜਾਬੀ 'ਚ ਕਰਦਾ ਜੀ, ਆਕਿਬ ਭਾਈ ਦਾ ਆਖ ਹੋਣੇ ਕਿ ਪੰਜਾਬ ਚਨਾਬ ਜਿਹੜਾ ਹੈ ਇਸ ਦੇ ਕਿਨਾਰੇ ਦੇ ਨਾਲ ਬਹੁਤ ਟੈਲੈਂਟ ਪਿਆ ਹੈ, ਖੇਲ ਹੋਵੇ, ਸ਼ਾਇਰੀ ਹੋਵੇ, ਕੋਈ ਵੀ ਦੁਨੀਆ ਕੋਈ ਵੀ ਸ਼ੋਭਾ ਹੋਵੇ, ਇਹਨਾਂ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੁਤਾਲਬਾ ਹੈ ਜਾਂ ਜਿਹੜੀ ਇਹਨਾਂ ਦੀ ਸੋਚ ਹੈ ਕਿ ਸਾਡੇ ਇਸ ਰੇਂਜ 'ਚ ਇਹ ਤਾਲੀਮ ਦਾ ਜਿਹੜਾ ਹੈ ਉਹ ਬਹੁਤ ਕਮ ਨਿਜ਼ਾਮ ਪਾਇਆ ਜਾ ਰਿਹਾ। ਰਸਤੇ 'ਚ ਅਸੀਂ ਆਏ ਹਾਂ, ਅਸੀਂ ਦੇਖਦੇ ਹਾਂ ਜੋ ਕੁਝ ਚੰਦ ਸਕੂਲ ਹੈ ਸਨ ਉਹ ਵੀ ਇੰਤਹਾਈ ਖਸਤਾ, ਜਿੱਥੇ ਬੱਚਿਆਂ ਦਾ ਬਾਹਣਾ ਮੁਮਕਿਨ ਨਜ਼ਰ ਨਹੀਂ ਆਉਂਦਾ। ਹਕੂਮਤ ਪੰਜਾਬ ਨੂੰ ਇਹ ਅਪੀਲ ਕਰਸਾਂ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਤਾਲੀਮ ਮਜ਼ੀਦ ਬਿਹਤਰ ਕਰੇ। ਪਹਿਲੇ ਵੀ ਇੱਕ ਬਿਹਤਰੀ ਦਾ ਨਿਜ਼ਾਮ ਹੈ, ਕੋਸ਼ਿਸ਼ ਕਰ ਰਿਹਾ ਖਾਦਮੇ ਵਾਲਾ ਪੰਜਾਬ, ਲੇਕਿਨ ਅਸੀਂ ਫਿਰ ਇਹ ਰਿਕੁਐਸਟ ਕਰਸਾਂ ਕਿ ਇਹਨਾਂ ਇਲਾਕੇ ਦੂਰ ਦਰਾਜ ਜਿਹੜੇ ਦਰਿਆ ਦੇ ਕਰੀਬ ਤਾਰ ਇਲਾਕੇ ਹਨ। ਔਰ ਇੱਕ ਚੀਜ਼ ਆਕਿਬ ਭਾਈ ਮੈਂ ਜ਼ਰੂਰ ਆਖਸਾਂ ਕਿ ਇਹ ਲੋਕ ਇੰਤਹਾਈ ਬਹਾਦਰ, ਮੈਂ ਤਾਂ ਇਹਨਾਂ ਨੂੰ ਗਿਣਸਾਂ, ਬਿਲਕੁਲ ਇਹ ਆਪਣੀ ਜ਼ਮੀਨ ਜੋ ਹੈ, ਆਪਣੀ ਖੇਤੀਬਾੜੀ ਜੋ ਹੈ ਬਿਲਕੁਲ ਦਰਿਆ ਦੇ ਵਿੱਚ ਕਰਦੇ ਹਨ, ਔਰ ਇਹਨਾਂ ਨੂੰ ਪਤਾ ਹੈ ਕਿ ਪਾਣੀ ਵੀ ਆ ਸਕਦਾ ਹੈ। ਸਾਡਾ ਇਹ ਮਿਹਨਤ, ਸਾਡੇ ਇਹ ਜਿਹੜਾ ਸਰਮਾਇਆ ਥੋੜ੍ਹਾ ਬਹੁਤ ਜਿਹੜਾ ਇਹਨਾਂ ਕੋਲ ਮੌਜੂਦ ਹੁੰਦਾ ਵੀ ਇਹ ਜ਼ਾਇਆ ਵੀ ਹੋ ਸਕਦਾ ਹੈ, ਉਹਦੇ ਬਾਵਜੂਦ ਇਹ ਲੋਕ ਮਿਹਨਤ ਕਰਦੇ ਨੇ ਖਿਲਾੜੀ ਨੇ, ਈਵਨ ਕਿ ਹੁਣ ਦਰਿਆ ਦੇ ਵਿੱਚ ਪਾਣੀ ਹੈ ਇਤਨਾ ਕਿ ਅਸੀਂ ਇਹ ਫਾਟ ਵੀ ਨਹੀਂ ਕ੍ਰਾਸ ਕਰ ਸਕੇ ਨਾ ਦਰਿਆ ਦੇ ਪਾਣੀ, ਲੇਕਿਨ ਉਹਦੇ ਬਾਵਜੂਦ ਇਹ ਹੁਣ ਵੀ ਮਿਹਨਤ ਕਰ ਰਹੇ ਨੇ, ਬਿਲਕੁਲ ਇਹ ਹੁਣ ਵੀ ਮਿਹਨਤ ਕਰ ਰਹੇ ਨੇ ਔਰ ਅਜਰ ਅੱਲਾ ਤੋਂ ਹਾਸਲ ਕਰ ਰਹੇ ਨੇ, ਔਰ ਅੱਲਾ ਬਿਲਕੁਲ ਬੜੇ ਤਵੱਕਲੀ ਲੋਕ ਨੇ, ਤੇ ਮੇਰਾ ਖਿਆਲ ਹੈ ਅੱਲਾ ਤਾਲਾ ਕਿਸੇ ਦਾ ਅਜਰ ਨਹੀਂ ਰੱਖਦਾ, ਔਰ ਇਹੀ ਵਜ੍ਹਾ ਹੈ ਕਿ ਇਹ ਲੋਕ ਹੁਣ ਤਾਈਂ ਕਾਇਮ ਹਨ। ਸਾਡੇ ਨਾਲ ਕੁਝ ਦੋਸਤ ਦਰਿਆ ਤੇ ਮਿਹਨਤ ਕਰਨ ਵਾਲੇ ਜਿਹੜੇ ਹਨ, ਇੱਥੇ ਜ਼ਮੀਨਾਂ ਜਿਹੜੀ ਹਨ ਖੇਤੀਬਾੜੀ, ਕੁਝ ਜਾਨਵਰ ਚਰਾ ਕੇ ਆਪਣਾ ਮਾਲ ਮਵੇਸ਼ੀ ਆਪਣਾ ਜਿਹੜਾ ਉਹਨਾਂ ਦੇ ਨਾਲ ਆਪਣਾ ਨਿਜ਼ਾਮ ਚਲਾਉਂਦੇ ਹਨ, ਉਹਨਾਂ 'ਚੋਂ ਕਿਸੇ ਨਾਲ ਅਸੀਂ ਗੁਫ਼ਤਗੂ ਕਰਕੇ ਪੁੱਛਦੇ ਹਾਂ ਕਿ ਉਹ ਆਪਣੀ ਜ਼ਿੰਦਗੀ ਕੈਸੇ ਗੁਜ਼ਾਰ ਰਹੇ ਹਨ। ਭਾਈ ਅੱਛਾ, ਇਸ ਵੇਲੇ ਕੁਝ ਮਿਹਨਤ ਕਸ਼ ਲੋਕ ਜਿਹੜੇ ਦਰਿਆ ਦੇ ਦਰਿਆ ਚਨਾਬ ਦੇ ਕਿਨਾਰੇ ਖੇਤੀਬਾੜੀ ਕਰਕੇ, ਰੇਵੜ ਚੜਾ ਕੇ, ਢੋਰ ਡੰਗਰ ਰੱਖ ਕੇ, ਉਹਨਾਂ 'ਤੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ। ਆਪਣੀ ਜ਼ਿੰਦਗੀ ਦਾ ਸਰਮਾਇਆ ਵੀ ਮੇਰਾ ਖਿਆਲ ਇਹਨਾਂ ਦਾ ਹੀ ਹੈ। ਮੈਂ ਅੱਗੇ ਆਖ ਰਿਹਾ ਸੀ ਕਿ ਦਰਿਆ ਦੇ ਵਿੱਚ ਪਾਣੀ ਵੀ ਆਉਂਦਾ ਹੈ, ਔਰ ਤੁਸੀਂ ਦਰਿਆ ਦੇ ਬਿਲਕੁਲ ਵਿੱਚ ਬੈਠੇ ਹੋ, ਤੁਸੀਂ ਇਤਨੀ ਮਿਹਨਤ ਕਰਦੇ ਹੋ, ਇਤਨੇ ਐਫਰਟ ਕਰਦੇ ਹੋ, ਖਰਚਾ ਵੀ ਜਿਹੜਾ ਮੁਮਕਿਨ ਹੱਦ ਤੱਕ ਹੋ ਸਕੇ ਤੁਹਾਡੇ ਕੋਲ ਤੁਸੀਂ ਕਰਦੇ ਹੋ, ਅਤੇ ਪਾਣੀ ਦਾ ਵੀ ਇਮਕਾਨ ਹੁੰਦਾ ਕਿ ਆ ਜਾਏਗਾ, ਤੁਹਾਨੂੰ ਖੌਫ ਨਹੀਂ ਹੁੰਦਾ ਕਿ ਸਾਡਾ ਸਾਰਾ ਕੁਝ ਜ਼ਾਇਆ ਹੋ ਜਾਏਗਾ? ਨਹੀਂ, ਕਾਫੀ ਖੌਫ ਹੁੰਦਾ, ਲੇਕਿਨ ਕੁਝ ਪ੍ਰੋਫਿਟ ਹੀ ਆ ਜਾਂਦੀ ਹੈ ਇਸ ਚੀਜ਼ ਨਾਲ, ਜਿਹੜੀਆਂ ਥੋੜ੍ਹੀਆਂ ਜਗ੍ਹਾ 'ਤੇ ਨੀਵੀਆਂ ਜਗ੍ਹਾ 'ਤੇ ਹੁੰਦੀਆਂ ਨੇ ਫਸਲਾਂ, ਉਹ ਤਬਾਹ ਹੋ ਜਾਂਦੀਆਂ, ਉਸ ਤੋਂ ਬਾਅਦ ਮਕਾਨ ਸ਼ਗਨ ਗਿਰ ਜਾਂਦੇ ਨੇ, ਅਤੇ ਬਾਕੀ ਹੋਰ ਵੀ ਕਾਫੀ ਨੁਕਸਾਨ ਹੁੰਦਾ। ਤੁਹਾਡਾ ਨਾਂ ਕੀ ਹੈ? ਅਲਾ ਦਿੱਤਾ। ਤੁਹਾਡਾ ਨਾਂ ਕੀ ਹੈ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ, ਗੁਲਾਮ ਮੁਹੰਮਦ ਤੁਸੀਂ ਕੀ ਕੰਮ ਕਰਦੇ ਇੱਥੇ? ਖੇਤੀਬਾੜੀ ਵਾਹੀ ਕਰਦੇ ਹੋ? ਵਾਹੀ ਭਾਈ। ਵਾਹੀ ਤੁਹਾਡੀ ਦਰਿਆ ਦੇ ਕਿਤਨੇ ਫਾਸਲੇ ਤੇ? ਨੇੜੇ ਨੇੜੇ ਨਾਲ ਮਾਣ ਦੇ ਉੱਤੇ। ਮਾਣ ਦੇ ਉੱਤੇ ਜੀ।
پچھلے جڑا سیلاب زیادہ آیا ہی اودے ہی تھوڑا کو نقصان ہویا ہی بڑے نقصان ہویا دریائے چنان دی مڑ تے سامنے کھاٹ پانی سجا سجا آیا ہوا ہے دریا اتوں تھوڑا اگا دور ہے اسی زبان دے حوالے نال اور ثقافت دے حوالے نال ساڈے کول چار براہ موجود ہیں ایویں سانو اتفاقاً مل گئے ایتھے دریا دی من تے دو چار گلاں کر لئیے میرے نال پاکستان دا سرمایہ بڑے منے پرونے صحافی جناب وقار زیدی صاحب موجود ہیں اسی گل بات کرنے اپنے انہاں براواں نال اسلام علیکم جی ہاں جی تہاڈا نام کی ہے جی بھائی اچھا مختلف ہور بولیاں بولیاں جاندیاں تے کئی بندے آدن کہ تسی پنجابی تسی اپنی گل تے قائم ہو کہ تسی پنجابی ٹھیک ہے اے تانوں کسے زبردستی تے نہیں آکھیا اچھا پہلا سوال میرا ہو گیا جی کہ کچھ لوکاں دا الزام ہے کہ جیڑی چنان دی بولی ہے نا اے پنجابی نہیں جیڑی لاہور پنجابی بولی جاندی ہے اونوں سدے نے جی ماجھا لے جائے وہ بھی پنجابی اور جیڑی انڈیا چ بولی جاندی ہے پنجابی وہ بھی پنجابی کی پنجاں دریاواں تے جتنی بولی بولی جاندی ہے وہ پنجابی ہے جدو چھوٹی یہ لگ جاندی ہے اردو چ انہوں یا نسبتی سدے دین عرب نہ لگ جاوے تو عربی پاکستان نہ لگ جاوے تو پاکستانی سندھ نہ لگ جاوے تو سندھی پنجاب نہ لگ جاوے تو پنجابی تے تسی اس جٹکے ماحول چ رہندے ہو ایتھوں دی ثقافت ڈھولا ڈھولا تساں کدی سنیا چسام دیاں حضرت یوسف علیہ السلام دے انہاں دے تے ڈولے آکھے جاندے ہن تے جو رات والے جڑے ڈولے آن او کم کم ہوندے جاندے ہن کیونکہ انہاں دے وچ شیطان او وسوسہ او کل بلندی آئی نعرہ اٹھیا او ہوندا ہی شاہ جی کہ ڈولے دا موڈ ہوندا ہی کل بلندی اے نعرہ اٹھیا لائے کہ توار نو شاعری بھی سن دے موسیقی بھی سن دے موسیقی رائیں یعنی کس طرح رائیں یا سیڈیاں رائیں یا اے تواڈے کول شاعری پڑھدی ہے تسی ایتھے کیڑا گلوکار زیادہ سن دے ہو جیڑا تانوں پسند ہو ایتھے طالب درد زیادہ سن طالب حسین درد کیونکہ ایتھوں دا وی ہے ایتھوں دا کھانو والے دا اس توں علاوہ جی ہاں او تانوں بہت پسند ہے اس توں علاوہ کلام لکھ دیا دوڑیا نام شاعر مشاعرے بھی آم کچھ لوگوں کی شاعری بھی تسا دوڑے بھی سنے یا گیت بھی سنے شاعر کچھ شاعر کے نام کے بارے پتا ہے پرانے دور دے ہاں کھلاڑی سڈے کو کھلاڑیاں حوالے کبڈی وے کبڈی ڈھولے تر پھر کے آدھے آن سوٹی دے کے تر پھر ہے مرنا نہیں چاہیے رل مل کے اسی زندہ کریے اور انہاں چیزاں نو مڑ جدو ہن اے ٹریکٹر تے ایتھے الوان دینا کدی داندا تے ہی وان دینا داندا دے باندے آن خو داندا تے چل دے آن
ਜਿਹੜੇ ਪੱਠੇ ਕੁਤਰੀ ਦੇ ਅਨੁਦਾਨਾਂ ਦੇ ਹੁਣ ਮਸ਼ੀਨਾਂ ਲੱਗ ਗਈਆਂ, ਉਹ ਦੌਰ ਖਤਮ ਹੁੰਦਾ ਜਾਂਦਾ ਔਰ ਸੱਚਾਈ ਖਤਮ ਹੁੰਦੀ ਜਾਂਦੀ ਹੈ। ਅਸੀਂ ਉਹ ਦੌਰ ਤਾਂ ਨਹੀਂ ਲਿਆ ਸਕਦੇ ਜਿਹੜਾ ਦਾੰਦ ਟਰੈਕਟਰ ਕੰਮ ਕਰਨ ਦਾ ਦਾੰਦ ਨਹੀਂ ਕਰ ਸਕਦਾ, ਲੇਕਿਨ ਅਸੀਂ ਉਸ ਦੌਰ ਦੀਆਂ ਯਾਦਾਂ ਤਾਂ ਜ਼ਿੰਦਾ ਰੱਖ ਸਕਦੇ ਹਾਂ। ਬਹੁਤ ਸ਼ੁਕਰੀਆ ਪੰਜ ਦਰਿਆ ਦੀ ਤਰਫੋਂ ਔਰ ਆਕਿਬ ਸਤਿਆਨਵੀ ਆਫੀਸ਼ੀਅਲ ਯੂਟਿਊਬ ਚੈਨਲ ਦੀ ਤਰਫੋਂ ਔਰ ਸਾਡੇ ਲੋਕ ਵਿਰਾਗ ਦੀ ਤਰਫੋਂ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਔਰ ਅਸੀਂ ਇਨਸ਼ਾਅੱਲਾ ਇਹੋ ਜਿਹੀਆਂ ਕੋਸ਼ਿਸ਼ਾਂ ਕਰਦੇ ਰਹੇ ਸਾਂ ਲੋਕ ਫਨਕਾਰਾਂ ਨੂੰ ਤੁਹਾਡੇ ਤੱਕ ਔਰ ਆਪਣੀ ਰਹਿਤਲ ਦੇ ਮੁਖਤਲਿਫ ਸਕਾਫਤਾਂ ਨੂੰ, ਮੁਖਤਲਿਫ ਰਹਿਤਲ ਦੇ ਸ਼ਖਸੀਅਤ ਜਿਹੜੀ ਖਿਲਾੜੀ ਹਨ, ਸ਼ਾਇਰ ਹਨ, ਗੁਲੂਕਾਰ ਹਨ, ਅਸੀਂ ਜਨਾਬ ਦੀ ਖਿਦਮਤ ਵਿੱਚ ਪੇਸ਼ ਕਰਦੇ ਰਹੇ ਸਾਂ। ਇਨਸ਼ਾਅੱਲਾ ਹਯਾਤੀ ਰਹੀ ਤਾਂ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹਾ ਸੀ। ਅੱਲਾ ਸੋਹਣੇ ਦੇ ਹਵਾਲੇ, ਰੱਬ ਰੱਖ। ਆਕਿਬ ਭਾਈ ਸਦੀਆਂ ਤੋਂ ਸਕਾਫਤ ਹੈ ਪੰਜਾਬੀ ਦੀ, ਔਰ ਇਹ ਮੇਰਾ ਖਿਆਲ ਹੈ ਆਕਿਬ ਭਾਈ ਜਿਹੜੀ ਜ਼ਿਲ੍ਹਾ ਜੰਗ ਦੀ ਹੈ ਪੰਜਾਬੀ ਹੈ, ਇਹ ਬਿਲਕੁਲ ਮੁਨਫਰਦ ਪੰਜਾਬੀ ਮੁਨਫਰਦ ਔਰ ਪੰਜਾਬ ਦੇ 16 ਜ਼ਿਲ੍ਹਿਆਂ 'ਚ ਬੋਲੀ ਜਾਂਦੀ, 16 ਜ਼ਿਲ੍ਹਿਆਂ 'ਚ ਬੋਲੀ ਜਾਂਦੀ, ਬੜੀ ਪਰਫੈਕਟ ਔਰ ਮੁਨਫਰਦ ਪੰਜਾਬੀ ਹੈ, ਬੜੀ ਜ਼ੁਬਾਨ ਹੈ, ਸੂਫੀਆ ਦੀ ਬੋਲੀ, ਸੂਫੀਆ ਦੀ ਬੋਲੀ, ਪੰਜਾਬ ਦੇ ਸਾਰੇ ਸੂਫੀਆਂ ਇਹ ਬੋਲੀ ਸੁਣੀ ਹੈ, ਆਪਣੇ ਜ਼ਰੀਆ ਇਜ਼ਹਾਰ ਵਾਸਤੇ ਇਹ ਬੋਲੀ ਅਪਣਾਈ। ਇਨਸ਼ਾਅੱਲਾ ਇਹਨਾਂ ਦੇ ਨਾਲ ਕੋਸ਼ਿਸ਼ ਕਰ ਸਕਾਂ ਕਿ ਅਸੀਂ ਵੀ ਸਾਥ ਦੇ ਸਕੀਏ, ਬੜੀ ਸ਼ਕਤ ਅਸੀਂ। ਉਹਨਾਂ ਨੂੰ ਛੋੜ, ਚੱਲ ਬਾਜ਼ੂ ਤੇ ਲੈ ਕੇ ਨਾ ਬੈਗ ਚ, ਇੱਦਾਂ ਲੰਬਾ ਨਹੀਂ। ਤਕਲੇ ਮੈਂ ਬਣਾਵਾਂ ਰਹੇ ਸਾਰੀ ਇੱਕ ਅੱਗੇ ਸਾਰੀ ਹੁੰਦੀ ਆ ਨਾ ਪੂੰਜਣ ਨਹੀਂ ਆ, ਉਹ ਜਿੱਥੇ ਜਾਨਵਰ ਕੋ ਸਟੇਂਦੇ ਆ ਨਾ ਤਾਂ ਉਪੜ ਜਾਂਦੇ ਆ ਪੂਰੀ ਵਜ੍ਹਾ ਤੁਹਾਨੂੰ ਸਾਖਰ ਦਿੰਦਾ, ਉਹਦੇ ਨਾਲ ਲੋਕਾਂ ਦੇ ਸਾਹ ਦਾ ਬੜਾ ਮਸਲਾ ਬਣ ਗਿਆ ਉਹ ਸਾਨੂੰ ਦੱਸਣ ਸਾਰੇ ਕੀ ਕਰਦੇ ਕੀ ਵਜ੍ਹਾ ਚੜ੍ਹਦੀ ਹੋਈ ਘਾਸ਼ਾ ਡਿੱਠਿਆ।